ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਜੋ ਕਿ ਹਮੇਸ਼ਾ ਹੀ ਲੋਕਾਂ ਦੀ ਭਲਾਈ ਅਤੇ ਸੇਵਾ ਲਈ ਤਿਆਰ ਰਹਿੰਦੇ ਹਨ, ਉਹਨਾਂ ਵੱਲੋਂ ਇੱਕ ਹੋਰ ਪਿੰਡ ਨੂੰ ਸਾਫ਼ ਪਾਣੀ ਮੁਹੱਈਆ ਕਰਵਾ ਕੇ ਪਿੰਡ ਦੀ ਵੱਡੀ ਤਕਲੀਫ਼ ਨੂੰ ਦੂਰ ਕੀਤਾ ਗਿਆ। ਪਿੰਡ ਹਰਦਾਸਪੁਰ ਵਿਖੇ ਲੋਕਾਂ ਨੂੰ ਸਾਫ਼ ਪਾਣੀ ਦੀ ਬਹੁਤ ਸਮੇਂ ਤੋਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਜੋਗਿੰਦਰ ਸਿੰਘ ਮਾਨ ਨੇ ਅੱਜ ਉਸ ਪਿੰਡ ਵਿੱਚ ਪਹੁੰਚ ਕੇ ਇਸ ਸਮੱਸਿਆ ਨੂੰ ਦੂਰ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ, ਜਿਸ ਵਿੱਚ ਸਮੂਹ ਪਿੰਡ ਪੰਚਾਇਤ ਦੇ ਮੈਂਬਰਾਂ ਨੇ ਉਹਨਾਂ ਦਾ ਸਾਥ ਦਿੱਤਾ। ਅੱਜ ਇਸ ਪਿੰਡ ਵਿੱਚ ਉਹਨਾਂ ਨੇ ਪਾਣੀ ਦੀ ਵੱਡੀ ਟੈਂਕੀ ਦਾ ਉਦਘਾਟਨ ਕੀਤਾ, ਜਿਸ ਲਈ ਸਮੂਹ ਪਿੰਡ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੇ ਕਾਂਗਰਸ ਸਰਕਾਰ ਅਤੇ ਜੋਗਿੰਦਰ ਸਿੰਘ ਮਾਨ ਦਾ ਦਿਲੋਂ ਧੰਨਵਾਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਗਰ ਹਰਦਾਸਪੁਰ ਵਿਖੇ ਪਾਣੀ ਦੀ ਟੈਂਕੀ ਦਾ ਉਦਘਾਟਨ ਹੋਇਆ, ਜਿਹੜਾ ਕਿ ਸਾਡੇ ਕੁਵਾੜੇ ਹਲਕੇ ਦੀ ਸ਼ਾਨ ਜੋਗਿੰਦਰ ਸਿੰਘ ਜੀ ਮਾਨ ਉਹਨਾਂ ਨੇ ਆਪਣੇ ਕਰਕਮਲਾਂ ਨਾਲ ਕੀਤਾ। ਉਹਨਾਂ ਦੇ ਨਾਲ ਦਲਜੀਤ ਰਾਜੂ ਦਰਵੇਸ਼ ਪਿੰਡ ਸਾਡੇ ਦਿਹਾਤੀ ਪ੍ਰਧਾਨ, ਅਸੀਂ ਆਪਣੇ ਨਗਰ ਵੱਲੋਂ ਸਾਰੀ ਪੰਚਾਇਤ ਵੱਲੋਂ ਕੈਪਟਨ ਅਮਰਿੰਦਰ ਸਿੰਘ, ਪੰਜਾਬ ਸਰਕਾਰ ਔਰ ਜੋਗਿੰਦਰ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਨੂੰ ਇਹ ਉਹਨਾਂ ਭਰੋਸਾ ਦਵਾਇਆ ਕਿ 2-3 ਮਹੀਨੇ ਦੇ ਵਿੱਚ ਸਾਡੀ ਜਿਹੜੀ ਟੈਂਕੀ ਆ ਬਣ ਕੇ ਤਿਆਰ ਹੋ ਜਾਊਗੀ ਅਤੇ ਜਿਹੜਾ ਸਾਫ਼ ਸੁਥਰਾ ਪਾਣੀ ਸਾਡੇ ਨਗਰ ਨੂੰ ਸਪਲਾਈ ਹੋਊਗਾ। ਅਸੀਂ ਇਹਨਾਂ ਦਾ ਇੱਥੇ ਆਉਣ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਅੱਜ ਹਰਦਾਸਪੁਰ ਵਿਖੇ ਟੈਂਕੀ ਦਾ ਉਦਘਾਟਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਸਰਕਾਰ ਦੇ ਯੋਗਦਾਨ ਸਦਕਾ ਹੀ ਇਹ ਕੰਮ ਨੇਪਰੇ ਚੜਿਆ ਹੈ। ਉਹਨਾਂ ਕਿਹਾ ਹੈ ਕਿ ਜਲਦ ਹੀ ਪਿੰਡ ਵਾਲਿਆਂ ਨੂੰ ਸਾਫ਼ ਪਾਣੀ ਮੁਹੱਈਆ ਕੀਤਾ ਜਾਵੇਗਾ। ਪਣਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਸਵੱਛ ਪਾਣੀ ਹੀ ਸਿਹਤ ਲਈ ਜੀਵਨ ਹੈ। ਉਸ ਜੀਵਨ ਜਾਂਚ ਨੂੰ ਅੱਗੇ ਤੋਰਦਾ ਹਾਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਪਿੰਡ ਹਰਦਾਸਪੁਰ ਵਿਖੇ ਨਵੀਂ ਟੈਂਕੀ ਦੀ ਜੋ ਸ਼ੁਰੂਆਤ ਕੀਤੀ ਗਈ ਹੈ, ਬੋਰ ਹੋ ਗਿਆ ਉਹਦੇ ਵਿੱਚ ਅੱਜ ਕਮਰੇ ਦੀ ਜਿੱਥੇ ਉਹ ਮਸ਼ੀਨ ਸਾਰੀ ਫਿੱਟ ਹੋਣੀ ਆ ਉਹਦੀ ਪੰਚਾਇਤ ਵੱਲੋਂ ਸਾਰੀ ਪੰਚਾਇਤ ਵੱਲੋਂ ਰਲ ਕੇ ਨੇਕ ਸਿੰਘ ਜੀ, ਦੀਪ ਸਿੰਘ ਜੀ ਐਂਡ ਔਰ ਪੰਚਾਇਤ ਮੈਂਬਰ ਸਾਹਿਬਾਨ, ਐਸ ਡੀ ਓ ਸਾਹਿਬ ਪ੍ਰਦਮਨ ਸਿੰਘ ਜੀ, ਸਾਹ ਸਤਨਾਮ ਸਿੰਘ ਜੀ, ਸਾਰੇ ਸਮੁੱਚੇ ਮੈਂਬਰਸ ਔਰ ਪਿੰਡ ਦੀ ਸਮੁੱਚੀ ਸੰਗਤ ਹਾਜ਼ਰ ਹੈ। ਸ਼ੁਭ ਆਰੰਭ ਕੀਤਾ ਗਿਆ, ਗੁਰੂ ਕਿਰਪਾ ਕਰੇ ਇਹ ਕੰਮ ਜਲਦੀ ਹੋਵੇ। ਔਰ ਮੈਂ ਧੰਨਵਾਦੀ ਹਾਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਦਾ ਔਰ ਜਿਹੜੇ ਜਲ ਸਪਲਾਈ ਮਿਨਿਸਟਰ ਨੇ ਇਸ ਡਿਪਾਰਟਮੈਂਟ ਦੇ, ਉਹਨਾਂ ਦਾ ਵੀ ਧੰਨਵਾਦੀ ਹਾਂ ਔਰ ਫੀਸਰ ਦਾ ਧੰਨਵਾਦੀ ਹਾਂ ਕਿ ਬਹੁਤ ਜਲਦੀ ਟੈਂਕੀ ਤਿਆਰ ਕਰਕੇ, ਮੇਰਾ ਖਿਆਲ ਮੈਨੂੰ ਪਤਾ ਰਾਣੀਪੁਰ ਦਾ ਵੀ ਬਹੁਤ ਜਲਦੀ ਫੀਸਰ ਨੇ ਟੈਂਕੀ ਤਿਆਰ ਕੀਤੀ ਸੀ। ਤੋ ਇਹ ਵੀ 2-3 ਮਹੀਨੇ ਦੇ ਵਿੱਚ ਸਾਰਾ ਕੰਮ ਕਰਕੇ ਸਵੱਛ ਪਾਣੀ ਜਿਹੜਾ ਪਿੰਡ ਨੂੰ ਪੀਣ ਵਾਸਤੇ ਮੁਹੱਈਆ ਕਰਾਇਆ ਜਾਏਗਾ ਔਰ ਕੋਸ਼ਿਸ਼ ਕੀਤੀ ਜਾਏਗੀ। ਮੈਂ ਅੱਜ ਜਗ੍ਹਾ ਦੇਖ ਰਹੀ ਹਾਂ ਕਿ ਪਲਾਂਟੇਸ਼ਨ ਵੀ ਅਸੀਂ ਵੱਧ ਤੋਂ ਵੱਧ ਕਰਾ ਸਕੀਏ। ਮੇਰੇ ਕੋਲ ਐਸੀਆਂ ਟੀਮਾਂ ਆਈਆਂ ਜਿਹੜੀਆਂ ਪਲਾਂਟੇਸ਼ਨ ਕਰਨ ਤਿਆਰ ਨੇ। ਤੋ ਸਾਰੀ ਸੰਗਤ ਵੱਲੋਂ, ਪੰਚਾਇਤ ਵੱਲੋਂ, ਕੈਪਟਨ ਅਮਰਿੰਦਰ ਸਿੰਘ ਸਾਹਿਬ ਦਾ ਔਰ ਜਿਹੜੇ ਮਿਨਿਸਟਰਸ ਨੇ ਇਸ ਦੇ ਪਬਲਿਕ ਹੈਲਥ ਦੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਿਊਰੋ ਰਿਪੋਰਟ, ਸਾਂਝ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ। ਹੁਣ ਵਧੀਆ HD ਕੁਆਲਿਟੀ ਦੇ ਦੇਸ਼ ਵਿਦੇਸ਼ ਬ੍ਰੌਡਕਾਸਟਿੰਗ ਲਈ ਲਾਈਵ ਬ੍ਰੌਡਕਾਸਟ ਲਈ ਅੱਜ ਹੀ ਕਾਲ ਕਰੋ ਹਰਦੀਪ ਸਿੰਘ ਧੱਗੜ ਨੂੰ 99154-23251।